ਅੱਜ ਹੈਗਾ ਇਸ ਸਾਲ ਦਾ ਲਾਸਟ ਡੇ। 2023 ਮੇਰੇ ਲਈ ਤਾਂ ਬੜਾ ਤਕੜਾ ਸਾਲ ਸੀਗਾ, ਬੜੀ ਚੇਂਜ ਆਈ ਆ ਸਾਲ 'ਚ। ਇਹ ਸਾਲ ਮੇਰੇ ਲਈ ਆਈਸੋਲੇਸ਼ਨ ਵਾਲਾ ਸਾਲ ਸੀ, ਆਈਸੋਲੇਟ ਰਿਹਾ ਇਸ ਸਾਲ 'ਚ ਮੈਂ ਜ਼ਿਆਦਾ। ਜਿੰਨੀ ਗਰੋਥ 3-4 ਸਾਲਾਂ 4-5 ਸਾਲਾਂ 'ਚ ਹੁੰਦੀ ਆ, ਉਨੀ ਗਰੋਥ ਮੇਰੀ ਆਹ ਸਾਲ 'ਚ ਹੋਈ ਆ। ਪਹਿਲਾਂ ਚਲੋ ਫਟਾਫਟ ਕੁਇਕਲੀ ਗੋ ਥਰੂ ਹੁੰਦੇ ਹਾਂ ਸਾਲ ਤੋਂ, ਫਿਰ ਕਰਦੇ ਅੱਗੇ ਕੰਟੀਨਿਊ। ਇਸ ਸਾਲ ਸਾਰੇ ਜਿੰਨੇ ਵੀ ਦਿਮਾਗ 'ਚ ਆਂਸਰ ਕੁਸ਼ਚਨਸ ਸੀਗੇ, ਸਾਰਿਆਂ ਦਾ ਆਂਸਰ ਮਿਲਿਆ ਆਹ ਸਾਲ। ਐਤਕੀ ਜੋ ਵੀ ਆਪਣੇ ਗੁਰੂ ਸਮਝਾ ਕੇ ਗਏ ਨੇ ਉਹਨਾਂ ਨੂੰ ਸਮਝਣ ਦਾ ਟਾਈਮ ਮਿਲਿਆ। ਸ਼ੁਰੂ ਤੋਂ ਹੀ ਦਿਮਾਗ 'ਚ ਚੱਲਦਾ ਰਹਿੰਦਾ ਸੀਗਾ ਨਾ, ਮੈਂ ਪਹਿਲਾਂ ਇੱਕ ਵਾਰ ਟਿੱਕ ਕੇ ਬਹਿ ਕੇ ਨਾ ਇਹ ਕਲੀਅਰ ਕਰ ਲਈ ਵੀ ਆਪਣਾ ਪਰਪਜ਼ ਕੀ ਆ। ਦਿਮਾਗ 'ਚ ਬੜਾ ਚੱਲਦਾ ਸੀਗਾ, ਤਾਂ ਸਾਲ ਮੈਂ ਪੂਰਾ ਹੀ ਉਸ ਚੀਜ਼ ਨੂੰ ਦਿੱਤਾ ਵੀ ਆਪਣਾ ਸਹੀ ਰਾਹ 'ਤੇ ਜਾ ਵੀ ਰਿਹਾ ਜਾਂ ਨਹੀਂ, ਕਿਉਂਕਿ ਕਿਤੇ ਗਲਤ ਕੋਈ ਗਲਤ ਰਾਹ ਚੁਣਿਆ ਵਾ। ਅਤੇ ਇਹ ਸਾਲ 'ਚ ਬੜਾ ਸਟਰੋਂਗ ਇੱਕਦਮ ਹੀ, ਕੋਈ ਆਪਦੇ ਹੱਥ ਵੱਸ ਨਹੀਂ ਹੁੰਦਾ, ਪਤਾ ਨਹੀਂ ਇੱਕਦਮ ਹੀ ਸਟਰੋਂਗ ਫੀਲਿੰਗ ਆਈ। ਸਾਰਾ ਕੁਛ ਛੱਡਾ ਕੇ ਮੈਂ ਪਹਿਲਾਂ ਮੈਂ ਕਿਹਾ ਇਹ ਗੱਲ ਨੂੰ ਫਿਗਰ ਆਊਟ ਕਰੀਏ, ਪਹਿਲਾਂ ਇੱਧਰੋਂ ਮਾਇੰਡ ਨੂੰ ਕਲੀਅਰ ਕਰੀਏ, ਫਿਰ ਇੱਕ ਚੱਜ ਨਾਲ ਕੁਛ ਕਰ ਸਕਾਂਗੇ, ਨਹੀਂ ਤਾਂ ਫਿਰ ਇੱਕ ਦਿਮਾਗ 'ਚ ਇੱਕ ਆਹ ਥੋਟ ਜਿਹਾ ਬੜੇ ਟਾਈਮ ਤੋਂ ਨਾ ਚੱਲਦਾ ਹੀ ਰਹਿੰਦਾ ਸੀਗਾ। ਅਤੇ ਪਹਿਲਾਂ ਮੈਂ ਕਿਹਾ ਪਹਿਲਾਂ ਆਪਣੇ ਆਹ ਜਵਾਬ ਸਵਾਲਾਂ ਦਾ ਜਵਾਬ ਪਾਈਏ, ਉਹ ਤੋਂ ਬਾਅਦ ਫਿਰ ਦੇਖਾਂਗੇ ਕੀ ਕਰਨਾ। ਨਾ ਕਿਤੇ ਜਾਣ ਦੀ ਇੱਛਾ ਰਹੀ, ਨਾ ਕੁਛ ਕਰਨ ਦੀ ਇੱਛਾ ਰਹੀ। ਪਿਛਲੇ 3-4 ਮਹੀਨਿਆਂ ਤੋਂ ਫਿਰ ਆਪਾਂ ਸਭ ਸਾਰਾ ਕੁਛ ਤਿਆਗ ਕੇ ਫਿਰ ਬੈਠ ਗਏ। ਕੋਈ ਜਦ ਕੋਈ ਆਪਣਾ ਇੱਥੇ ਕਰਨ ਵਾਲਾ ਕਿਸੇ ਕੰਮ ਹੀ ਨਹੀਂ ਜੋ ਆਪਾਂ ਕਰ ਰਹੇ ਹਾਂ, ਫਿਰ ਕਰਨ ਦੀ ਕੀ ਲੋੜ ਹੈ? ਜਿਹੜੀ ਮੇਨ ਪਰਪਜ਼ ਹੈ ਜਿਹੜਾ, ਉਹ ਫਿਰ ਕਰਿਆ ਜਾਵੇ। ਫਿਰ ਮੇਰਾ ਧਿਆਨ ਸਾਰਾ ਉੱਧਰ ਨੂੰ ਹੀ ਹੋ ਗਿਆ, ਅਤੇ ਸਾਰਾ ਟਾਈਮ ਆਪਣੇ ਅੰਦਰੋਂ ਹੀ ਸਾਰੇ ਆਂਸਰ ਆਪਾਂ ਨੂੰ ਬਾਅਦ 'ਚ ਮਿਲਦੇ ਰਹਿੰਦੇ ਨੇ। ਆਪਾਂ ਜਿਹੜੇ ਆਪਣੇ ਥੋਟ ਵੀ ਨੇ, ਉਹ ਵੀ ਆਪਣੇ ਨਹੀਂ ਹੈਗੇ, ਉਹ ਵੀ ਆਪਾਂ ਨੂੰ ਲੱਗ ਰਿਹਾ ਹੁੰਦਾ ਉਹਦੇ ਕਰਕੇ ਹੀ ਮੈਂ ਹੁੰਦੀ, ਆਪਣੇ ਵਿਚਾਰਾਂ ਕਰਕੇ ਆਪਾਂ ਨੂੰ ਲੱਗ ਰਿਹਾ ਹੁੰਦਾ ਵੀ ਮੇਰੇ ਵਿਚਾਰ ਨੇ, ਉਹ ਵਿਚਾਰ ਵੀ ਆਪਦੇ ਨਹੀਂ ਹੈਗੇ ਜੇ ਆਪਾਂ ਧਿਆਨ ਨਾਲ ਬਹਿ ਕੇ ਦੇਖਾਂਗੇ। ਤਾਂ ਹੀ ਮੈਂ ਵੀਡੀਓਜ਼ ਵੀ ਨਹੀਂ ਪਾਉਂਦਾ ਸੀਗਾ ਵੀ ਕੋਈ ਇੱਛਾ ਤਾਂ ਕਈ ਯਾਰ ਕਰਕੇ ਵੀਡੀਓਜ਼ ਪਾ ਕੇ ਵੀ ਕੀ ਕਰਨਾ, ਇਹੋ ਜਿਹਾ ਕੁਛ ਸਿਸਟਮ ਹੋ ਗਿਆ ਸੀ। ਪਰ ਹੁਣ ਥੋੜ੍ਹੇ ਦਿਨ ਪਹਿਲਾਂ ਹੀ ਹੁਣ ਸਭਾ ਦੇ ਦਿਨਾਂ 'ਚ ਕਥਾ ਚੱਲ ਰਹੀ ਸੀਗੀ, ਉਹ ਤਾਂ ਐਜ਼ ਇਟ ਇਜ਼ ਮੈਂ ਸੁਣਦੇ ਹੋਏ ਮੈਂ ਲਿਖਣਾ ਹੀ ਸੀ, ਉਹਨੂੰ ਤਾਂ ਲਿਖਣਾ ਹੀ ਲੱਗ ਗਿਆ ਸੀ। ਆਪੇ ਦੇਖ ਲਓ ਕਿਵੇਂ ਆਪਾਂ ਨੂੰ ਆਂਸਰਸ ਮਿਲਦੇ ਨੇ ਫਿਰ। ਤਾਂ ਉਸ ਕਥਾ 'ਚ ਹੀ ਚੱਲ ਰਿਹਾ ਸੀਗਾ, ਕਹਿੰਦੇ ਠਿਕਰੇ ਨੇ ਤਾਂ ਵੈਸੇ ਵੀ ਟੁੱਟਣਾ ਹੀ ਆ, ਆਪਣੇ ਗੁਰੂਆਂ ਨੇ ਸਾਰਾ ਕੁਛ ਦੱਸਿਆ ਹੋਇਆ, ਬਸ ਆਪਾਂ ਪੜ੍ਹਿਆ ਨਹੀਂ ਕਦੇ। ਮੇਨ ਗੱਲ ਜਿਹੜੀ ਲਾਈਏ ਸਿੱਖੀ 'ਚ ਸਿੱਖਿਆ ਕਿ ਅਸੀਂ ਕੀ ਕਰਕੇ ਜਾਣਾ। ਉਹ ਕਥਾ 'ਚ ਨਾ ਐਜ਼ ਇਟ ਇਜ਼ ਉਹੀ ਗੱਲਾਂ ਚੱਲ ਰਹੀਆਂ ਸੀ ਜਿਹੜੇ ਮੇਰੇ ਉਹਦਾ ਦਿਮਾਗ 'ਚ ਚੱਲ ਰਹੀਆਂ ਸੀਗੀਆਂ। ਪਿੱਛੇ ਆਹ ਪੂਰਾ ਸਾਲ ਜਿਹੜਾ ਮੇਰਾ ਫੇਸ ਚੱਲਿਆ ਨਾ, ਐਜ਼ ਇਟ ਇਜ਼ ਉਹ ਗੱਲਾਂ ਚੱਲ ਰਹੀਆਂ ਸੀਗੀਆਂ ਵੀ ਬਿਨਾਂ ਮਨੋਰਥ ਤੋਂ ਤਾਂ ਬੰਦਾ ਕਹਿੰਦੇ ਹਵਾ 'ਚ ਉੜਦੇ ਪੱਤੇ ਵਰਗਾ ਕੰਧਾਂ 'ਚ ਵੱਜਦਾ ਫਿਰਦਾ, ਕਦੇ ਇੱਧਰ ਵੱਜਦਾ ਕਦੇ ਉੱਧਰ, ਜਿਹਦਾ ਕੋਈ ਪਰਪਜ਼ ਨਹੀਂ ਹੈਗਾ ਸੀਗਾ। ਹੁਣ ਮੈਂ ਕਲੀਅਰਲੀ ਸਾਰਾ ਕੁਛ ਲਿਖ ਨਹੀਂ ਪਾਇਆ, ਵਿੱਚ ਵਿੱਚ ਮੈਂ ਫਿਰ ਜਿੰਨਾ ਫਿਰ ਜਿੰਨਾ ਲਿਖ ਹੋਇਆ ਸੀ ਮੈਂ ਲਿਖ ਗਿਆ ਵੀ ਸਿੱਧ ਛੁੱਪ ਬੈਠੇ ਪਰਬਤੀ, ਨਿਸ਼ਕਾਮ ਹੋ ਕੇ ਇੱਥੇ ਕੰਮ ਕਰਨਾ। ਹੁਣ ਜੇ ਆਪਾਂ ਹੁਣ ਸਾਰਾ ਹੁਣ ਜੇ ਕੋਈ ਭਗਤ ਬੰਦੇ ਹੁਣ ਸਾਰੇ ਚੰਗੇ ਬੰਦੇ ਪਹਾੜਾਂ 'ਚ ਜਾ ਕੇ ਜਾਂ ਕਿਤੇ ਆਪਦਾ ਆਈਸੋਲੇਟ ਹੋ ਕੇ ਬਹਿ ਜਾਣ, ਉਹੀ ਬੰਦਿਆਂ ਨੂੰ ਤਾਂ ਸਗੋਂ ਅੱਗੇ ਕੰਮ ਕਰਨਾ ਚਾਹੀਦਾ। ਕਥਾ ਦਾ ਮੁੱਖ ਓਵਰਆਲ ਉਪਦੇਸ਼ ਦੱਸ ਦਿੰਦਾ ਮੈਨੂੰ ਹੁਣ ਐਗਜੈਕਟਲੀ। ਹੁਣ ਮੈਂ ਪੜ੍ਹ ਰਿਹਾ ਸੀਗਾ ਤਾਂ ਹੁਣ ਬੜਾ ਲੰਬਾ ਚਲੇ ਜਾਣਾ ਨਹੀਂ ਉਹੀ ਗੱਲ 'ਚ, ਉਹੀ ਮਨੁੱਖਤਾ ਲਈ ਸਹੀ ਕੰਮ ਕਰਨਗੇ ਅਤੇ ਉਹੀ ਬੰਦੇ ਜਮਾਂ ਹੀ ਆਪਾਂ ਸਾਰਾ ਕੁਛ ਤਿਆਗ ਤੂਗ ਕੇ ਬਹਿ ਜਾਂਦੇ ਨੇ, ਸਗੋਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਉਹ ਚੀਜ਼ ਨੇ ਨਾ ਬੜਾ ਬੂਸਟ ਕੀਤਾ ਉਹ ਗੱਲ ਨੇ। ਤਾਂ ਮੈਂ ਆਪਣੇ ਆਪ ਨੂੰ ਕੋਈ ਚੰਗਾ ਨਹੀਂ ਕਹਿ ਰਿਹਾ ਪਰ ਚੰਗਾ ਬਣਨ ਦੀ ਕੋਸ਼ਿਸ਼ ਤਾਂ ਕਰ ਹੀ ਰਹੇ ਹਾਂ। ਕਹਿੰਦੇ ਫੇਕ ਇਟ ਅੰਟਿਲ ਯੂ ਮੇਕ ਇਟ, ਨਿਊ ਈਅਰ ਦਾ ਰੈਜੋਲਿਊਸ਼ਨ ਇਹੀ ਗੱਲ ਤੋਂ ਨਿਕਲਦਾ। ਤਾਂ ਹੁਣ ਇੱਕ ਮਿਸ਼ਨ ਜਿਹਾ ਮਿਲ ਚੁੱਕਿਆ ਹੋਇਆ ਜੋ ਅੱਗੇ ਕਰਨਾ, ਹਿਊਮੈਨਿਟੀ ਲਈ ਕਰਨਾ, ਜੋ ਵੀ ਕਰਨਾ ਚੰਗਾ ਕਰਨਾ ਕੁਛ। ਉਹਦੀ ਡਿਟੇਲ 'ਚ ਤਾਂ ਹੁਣ ਇਹ ਗੱਲ ਨੂੰ ਬੜਾ ਖਿੱਚਦਾ ਨਹੀਂ। ਬੜੇ ਤੁਸੀਂ ਮੇਰੇ ਬੋਰਿੰਗ ਵਲੋਗ ਚੱਲ ਲਏ ਪਿਛਲੇ ਸਾਲ, ਫਿਰ ਵੀ ਤੁਸੀਂ ਦੇਖੀ ਗਏ, ਥੈਂਕ ਯੂ ਉਹਦੇ ਲਈ। ਤੁਹਾਡਾ ਇਹ ਫੇਸ ਸੀਗਾ ਇੱਕ ਆਈਸੋਲੇਸ਼ਨ ਵਾਲਾ ਲਾਈਫ ਦਾ, ਅਤੇ ਜਦ ਤੱਕ ਆਪਾਂ ਆਪਦੀ ਸਵੈ ਪੜਚੋਲ ਨਹੀਂ ਕਰਦੇ, ਆਪਦੇ ਆਪ ਨੂੰ ਨਹੀਂ ਪੜ੍ਹਦੇ ਉਦੋਂ ਤੱਕ, ਇਹ ਵੀ ਆਪਣੇ ਆਪ ਨੂੰ ਜਾਣਨਾ ਬੜਾ ਜ਼ਿਆਦਾ ਜ਼ਰੂਰੀ ਹੈ। ਆਪਣੇ ਆਪ ਨੂੰ ਜਾਣਨਾ ਸਭ ਪਹਿਲੇ ਨੰਬਰ 'ਤੇ ਆ। ਇਹ ਵੀ ਕਥਾ 'ਚ ਹੀ ਗੱਲ ਸੀਗੀ ਉੱਥੇ ਹੀ ਵੀ ਫਿਰ ਤਾਂ ਬੰਦਾ ਉਵੇਂ ਆ ਹਵਾ 'ਚ ਉੜਦੇ ਪੱਤੇ ਵਰਗਾ, ਕਦੇ ਇੱਧਰ ਵੱਜਦਾ ਫਿਰਦਾ ਕਦੇ ਉੱਧਰ ਵੱਜਦਾ ਫਿਰਦਾ। ਇਹੀ ਗੱਲ 'ਤੇ ਇੱਕ ਡਾਇਲੋਗ ਯਾਦ ਆਇਆ, ਕੱਲ੍ਹ ਨਾ ਇੱਕ ਮੂਵੀ ਦੇਖੀ ਸੀ, ਕੀ ਸੀ ਉਹਦਾ ਨਾਂ, ਨਾ ਤਾਂ ਹੁਣ ਮੇਰੇ ਧਿਆਨ 'ਚ ਨਹੀਂ। ਡਾਇਲੋਗ ਜਿਹਨਾਂ ਜਿਹਨਾਂ ਦੇਖੀ ਹੋਊਗੀ ਉਹ ਡਾਇਲੋਗ ਤੋਂ ਪਤਾ ਲੱਗ ਜੂਗਾ। ਆਇਓ ਇੱਧਰ,
ਮੈਂ ਤੁਹਾਨੂੰ ਦੱਸਦਾ ਪਹਿਲਾਂ, ਫਿਰ ਆਪਾਂ ਡਾਇਲੋਗ ਪਲੇ ਕਰਦੇ ਹਾਂ। ਹਾਂ ਤੁਸੀਂ ਬੋਲਣਾ, ਦੁਨੀਆ ਆਪਣੇ ਹਿਸਾਬ ਨਾਲ ਨਹੀਂ ਚੱਲਦੀ ਪਰਮ, ਨਾ ਨਾ ਦੁਨੀਆ ਆਪਣੇ ਹਿਸਾਬ ਨਾਲ ਚੱਲਦੀ ਹੈ, ਨੀ ਮੇਰਾ ਗਲਤ ਕਹੀ ਜਾਂਦਾ, ਤੁਸੀਂ ਕਹਿਣਾ ਦੁਨੀਆ ਆਪਣੇ ਹਿਸਾਬ ਨਾਲ ਚੱਲਦੀ ਹੈ, ਤੇਰੇ ਹਿਸਾਬ ਨਾਲ ਨਹੀਂ ਚੱਲਦੀ, ਠੀਕ ਹੈ। ਫਿਰ ਮੈਂ ਬੋਲੂੰਗਾ ਨਹੀਂ ਊਸ਼ਾ ਇੱਥੇ ਤੁਸੀਂ ਗਲਤ ਹੋ। ਸਭ ਲੋਕ ਅਗਰ ਆਪਣਾ ਕੰਮ, ਇਹ ਤਾਂ ਮੈਂ ਹੀ ਬੋਲਣਾ ਹੈ, ਇਹ ਦੁਨੀਆ ਥੋੜ੍ਹੀ ਬਹੁਤ ਜਿਹੜੀ ਸਹੀ ਚੱਲ ਰਹੀ ਹੈ ਨਾ, ਨਾ ਕਹਿਣਾ ਭੁੱਲ ਗਿਆ, ਹੈਪੀ ਨਿਊ ਈਅਰ। ਹੈਪੀ ਨਿਊ ਈਅਰ ਤੇ ਬੋਲੀ ਫਿਰ, ਹੋ ਗਿਆ ਯਾਦ। ਜਿਹੜੀ ਦੁਨੀਆ ਹੁੰਦੀ ਹੈ ਨਾ ਉਹ ਆਪਣੇ ਹਿਸਾਬ ਨਾਲ ਚੱਲਦੀ ਹੈ, ਤੇਰੇ ਮੇਰੇ ਹਿਸਾਬ ਨਾਲ ਨਹੀਂ ਚੱਲਦੀ ਮਿੱਤਰਾ। ਨਹੀਂ ਊਸ਼ਾ ਇੱਥੇ ਤੂੰ ਗਲਤ ਹੈ, ਦੁਨੀਆ ਆਪਣੇ ਹਿਸਾਬ ਨਾਲ ਸਾਰੇ ਆਪਣਾ ਕੰਮ ਅਗਰ ਢੰਗ ਨਾਲ ਕਰਨ ਤਾਂ ਦੁਨੀਆ ਸਾਰਿਆਂ ਦੇ ਹਿਸਾਬ ਨਾਲ ਚੱਲਦੀ ਹੈ, ਮੇਰੇ ਵੀ ਤੇ ਤੁਹਾਡੇ ਵੀ। ਤੇ ਦੁਨੀਆ ਥੋੜ੍ਹੀ ਬਹੁਤ ਜਿਹੜੀ ਢੰਗ ਨਾਲ ਚੱਲ ਰਹੀ ਹੈ ਨਾ ਉਹ ਸਿਰਫ ਇਸੇ ਲਈ ਚੱਲ ਰਹੀ ਹੈ ਕਿਉਂਕਿ ਕੁਝ ਲੋਕ ਅੱਜ ਵੀ ਆਪਣਾ ਧਰਮ ਨਿਭਾਉਣਾ ਜਾਣਦੇ ਨੇ, ਠੀਕ ਹੈ। ਆਹ ਸੀ ਡਾਇਲੋਗ। ਹੈਲੋ ਗਾਈਸ, ਕਿਸੇ ਵਾਪਸਬ। ਸੋ ਅੱਜ ਹੈਗਾ 31 December ਸਾਲ ਦਾ ਆਖਰੀ ਦਿਨ, ਤੇ ਸਰਦਾਰ ਜੀ ਕੀ ਕਰੀਏ, ਕਰਨਾ ਕੀ ਆ, ਸਭ ਤੋਂ ਨਜ਼ਾਰੇ ਵਾਲਾ ਕੰਮ ਮੈਂ ਕਰਨ ਲੱਗਿਆ, ਠੰਡ ਲੱਗ ਰਹੀ ਹੈ ਮੈਨੂੰ, ਮੈਂ ਨਿੱਘ ਸ਼ਰਾਬ ਤੁਸੀਂ ਆਪਣਾ ਦੇਖੋ, ਪਹਿਲਾਂ ਟਾਈਮ ਕਿੱਡਾ ਘੈਂਟ ਹੁੰਦਾ ਸੀ ਨਾ, ਨਵੇਂ ਸਾਲ ਦਾ ਪ੍ਰੋਗਰਾਮ ਹੋਣਾ ਹੁੰਦਾ ਸੀ ਆਰਾਮ ਨਾਲ ਬਹਿ ਕੇ ਦੇਖ ਦਿੰਦੇ ਸੀ, ਹੈ ਨਾ। ਹੁਣ ਸਾਰਿਆਂ ਨੂੰ ਐਂ ਹੁੰਦਾ ਵੀ ਨਵੇਂ ਸਾਲ ਤੇ ਕਿਤੇ ਘੁੰਮਣ ਜਾਈਏ, ਕਿਤੇ ਇੱਥੇ ਜਾਈਏ, ਕਿਤੇ ਉੱਥੇ ਕੋਈ ਫੰਕਸ਼ਨ ਹੋਵੇ, ਕੋਈ ਪਰਫਾਰਮੈਂਸ। ਵੈਸੇ ਸਹੀ ਗੱਲ ਹੈ ਯਾਰ, ਸਾਰਾ ਸਭ ਤੋਂ ਵਧੀਆ ਕੰਮ ਮੈਂ ਰਜਾਈ ਚ ਬੈਠੂ, ਮੂੰਫਲੀ ਖਾਓ, ਪਿੱਛਾ ਖਾਓ, I know I'll be okay, 'cause I found my way.